So
Bye.
ਸਾਹਿਬ ਕਿਰਪਾ ਕਰਨਾ ਸਰਾਇਆ ਬਿਤਰੀ ਹੋਏ ਅੱਲਾਹ।
مانوكي تهلا
Oh,
ਕਹਿੰਦੇ ਆ ਨਦੀਨ ਕਹਿੰਦੇ ਆ ਉਹਨੂੰ ਪੁੱਟ ਕੇ ਤੇ ਬਾਹਰ ਕੱਢ ਦਿੱਤਾ
ਸਮਾਂ ਆਇਆ ਧੰਨ ਅਮਰਦਾਸ ਸਾਹਿਬ ਦਾ ਕਹਿਣ ਲੱਗੇ ਧੰਨ ਬਾਬੇ ਨਾਨਕ ਦੀ ਲਾਈ ਹੋਈ ਸਿੱਖੀ ਦੇ ਬੂਟੇ ਨੂੰ ਖੇਤੀ ਨੂੰ ਬਾਬੇ ਅਮਰਦਾਸ ਨੇ ਗਾਗਰ ਚੁੱਕ ਚੁੱਕ ਕੇ ਸੇਵਾ ਕਰ ਕਰਕੇ ਪਾਣੀ ਪਾਇਆ ਸਮਾਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਇਆ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਦੇ ਬਵੰਜਾ ਕਦੇ ਬਾਈ ਪੀੜੀਆਂ ਧੰਨ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਤੇ ਕਦੀ 52 ਗੁਰੂ ਕੋ ਮਸੰਦ ਸਿੱਖੀ ਦੇ ਪ੍ਰਚਾਰ ਵਿੱਚ ਧੰਨ ਗੁਰੂ ਰਾਮਦਾਸ ਦਾਤਾ ਜੀ ਨੇ ਏਦਾਂ ਵਾਅਦਾ ਕੀਤਾ ਇਸ ਤੋਂ ਅੱਗੇ ਚੱਲਣ ਦਾ ਯਤਨ ਕਰਾਂ ਧੰਨ ਗੁਰੂ ਅਰਜਨ ਸਾਹਿਬ ਦਾ ਵੇਲਾ ਆਇਆ ਤੇ ਉਸ ਵਿਦਵਾਨ ਨੇ ਲਿਖਿਆ ਕਹਿੰਦਾ ਧੰਨ ਬਾਬੇ ਨਾਨਕ ਦੇ ਸਿੱਖੀ ਦੇ ਖੇਤ ਵਿੱਚ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਆਪ ਨੂੰ ਸ਼ਹੀਦ ਕਰਵਾ ਕੇ ਸਿੱਖੀ ਦੀ ਖੇਤੀ ਵਿੱਚ ਪਾ ਦਿੱਤਾ ਸਮਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਆਇਆ ਕਹਿਣ ਲੱਗੇ ਮੀਰੀ ਤੇ ਪੀਰੀ ਦੀ ਵਾੜ ਖੇਤ ਦੀ ਰਖਵਾਲੀ ਵਾਸਤੇ ਛੇਵੇਂ ਪਾਤਸ਼ਾਹ ਨੇ ਕਰ ਦਿੱਤੀ ਸੱਤਵੇਂ ਪਾਤਸ਼ਾਹ ਦਾ ਵੇਲਾ ਆਇਆ ਕਈ ਵਾਰੀ ਖੇਤ ਨੂੰ ਬਾਹਰੋਂ ਉਜਾੜਨ ਵਾਲੇ ਹੁੰਦੇ ਨੇ ਉਹਨਾਂ ਤੋਂ ਬਚਾਇਆ ਛੇਵੇਂ ਪਾਤਸ਼ਾਹ ਨੇ ਤੇ ਕਈ ਵਾਰੀ ਖੇਤ ਨੂੰ ਅੰਦਰੋਂ ਉਜਾੜਨ ਵਾਲੇ ਹੁੰਦੇ ਨੇ ਰਾਮ ਰਾਏ ਵਰਗੇ ਧੰਨ ਗੁਰੂ ਹਰ ਰਾਏ ਸਾਹਿਬ ਨੇ ਸਿੱਖੀ ਦੇ ਖੇਤ ਨੂੰ ਘਰ ਅੰਦਰੋਂ ਪੁਜਾੜਨ ਵਾਲੇ ਰਾਮ ਰਾਏ ਨੂੰ ਬਾਹਰ ਕੱਢ ਕੇ ਬਾਬੇ ਨਾਨਕ ਦੀ ਖੇਤੀ ਨੂੰ ਬਚਾਇਆ ਸਮਾਂ ਆਇਆ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਥੇ ਮੈਂ ਰੁਕਣ ਲੱਗਾ ਤੇ ਇੱਕ ਵਿਦਵਾਨ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਉਸ ਵਿਦਵਾਨ ਨੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਾਰੇ ਬਹੁਤ ਬੜੇ ਪਿਆਰੇ ਕਹਿ ਚਾਰ ਗੱਲਾਂ ਉਹਨੇ ਕਹੀਆਂ ਉਹ ਕਹਿੰਦਾ ਬੱਚੇ ਗੁਰਸਿੱਖ ਹੋਏ ਧਿਆਨ ਦਿਆ ਦੇ ਬੱਚੇ ਗੁਰਸਿੱਖ ਵੀ ਹੋਏ ਬੱਚੇ ਭਗਤ ਵੀ ਹੋਏ ਬੱਚੇ ਸ਼ਹੀਦ ਵੀ ਹੋਏ ਪਰ ਚੌਥੀ ਗੱਲ ਧਿਆਨ ਰੱਖ ਕੇ ਚੱਲਿਓ ਕੋਈ ਬੱਚਾ ਗੁਰੂ ਨਹੀਂ ਸੀ ਬਣਿਆ ਦੁਨੀਆਂ ਦੇ ਇਤਿਹਾਸ ਦਾ ਇਹ ਪਤਰਾ ਖਾਲੀ ਸੀ ਸੁਣ ਲਓ ਦੁਨੀਆਂ ਦੇ ਸਮਾਂ ਆਇਆ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਜਦੋਂ ਖੇਤ ਵਿੱਚ ਫਸਲ ਪੱਕਦੀ ਆ ਧਿਆਨ ਦਿਆ ਕੇ ਜਦੋਂ ਖੇਤ ਵਿੱਚ ਫਸਲ ਪੱਕਦੀ ਆ ਤੇ ਆਪਾਂ ਕਈ ਵਾਰੀ ਇੱਕ ਸਿੱਟਾ ਤੋੜਦੇ ਹਾਂ ਤੇ ਇੱਕ ਸਿੱਟਾ ਤੋੜ ਕੇ ਉਹਨੂੰ ਹੱਥ ਵਿੱਚ ਮਸਲ ਕੇ ਦਾਣੇ ਹੱਥ ਵਿੱਚ ਫੜ ਕੇ ਅੰਦਾਜ਼ਾ ਲਾਉਂਦੇ ਹਾਂ ਫਸਲ ਪੱਕੀ ਕਿ ਨਹੀਂ ਪੱਕੀ ਕਹਿਣ ਲੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਧੰਨ ਨਾਲੋਂ ਅਲੱਗ ਕਰਾ ਕੇ ਦੁਨੀਆਂ ਦੇ ਲੋਕਾਂ ਨੂੰ ਸਿੱਖੀ ਦੀ ਖੇਤੀ ਜਿਹੜੀ ਆ ਬਾਬੇ ਨਾਨਕ ਦਾ ਲਾਇਆ ਖੇਤ ਹੁਣ ਇਸ ਵੇਲੇ ਪੱਕ ਕੇ ਤਿਆਰ ਹੋ ਚੁੱਕਾ ਤੇ ਸਮਾਂ ਆਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬੇ ਨਾਨਕ ਦੇ ਲਾਏ ਖੇਤ ਵਿੱਚੋਂ ਸਿੱਖੀ ਦੇ ਖੇਤ ਵਿੱਚੋਂ ਇੱਕ ਝਾੜ ਕੱਢਿਆ ਉਸ ਝਾੜ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ ਖਾਲਸਾ ਪੰਥ ਦੇ ਰੂਪ ਵਿੱਚ ਸੋ ਖੈਰ ਝਾੜ ਨੂੰ ਪੰਥ ਕੇ ਆਪਣੇ ਨੇੜੇ ਲਾਇਆ ਜਿਹੜੀ ਬੇਨਤੀ ਕਰਨ ਲੱਗਾ ਸੀ ਹਰ ਅੰਮ੍ਰਿਤ ਪਾਨ ਕਰੋ ਤੇ ਜਾਂ ਆਪਾਂ ਸ਼ਬਦ ਵਰਤਿਆ ਅੰਮ੍ਰਿਤ ਧਾਰੀ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਗੁਰਬਾਣੀ ਵਿੱਚੋਂ ਕੁਝ ਬਚਨ ਕੁਝ ਇਤਿਹਾਸ ਵਿੱਚੋਂ ਤੇ ਟੁੱਕ ਮਾਤਰ ਕੁਝ ਇਸ਼ਾਰੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਪਾਲਣ ਕੀਤਾ ਕੁਝ ਕੁ ਬਚਨ ਕੁਝ ਰੱਬੀ ਪਿਆਰ ਵਾਲਿਆਂ ਦੇ ਪਾਲਣ ਵਿੱਚ ਥੋੜ੍ਹੇ ਥੋੜ੍ਹੇ ਇਤਿਹਾਸ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਪਾਲਣ ਕੀਤਾ ਜੇ ਅੰਮ੍ਰਿਤ ਪਾਲਣ ਕੀਤਾ ਭਾਈ ਬਚਿੱਤਰ ਸਿੰਘ ਵਰਗੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਪਰ ਬਹੁਤ ਵੱਡੀ ਸੱਚਾਈ ਹੈ ਇੱਕ ਬੇਨਤੀ ਮੈਂ ਤੁਹਾਡੇ ਨਾਲ ਇੱਥੇ ਹੋਰ ਕਰ ਸਕਾਂ ਥੋੜ੍ਹਾ ਜਿਹਾ ਖਾਲਸੇ ਦੇ ਸੰਬੰਧ ਵਿੱਚ ਮਾਫ਼ ਕਰਿਆ ਜੇ ਆਪਾਂ ਕਈ ਵਾਰ ਇਹ ਬੱਚੇ ਪੜ੍ਹਦੇ ਹਾਂ ਖਾਲਸਾ ਖਾਸ ਕਹਾਵੈ ਸੋਈ ਕਰੋ ਕਿਰਪਾ ਇੱਕ ਵਾਰੀ ਸਾਰੀ ਸੰਗਤ ਖਾਲਸਾ ਖਾਸ ਕਹਾਵੈ ਸੋਈ ਪਰ ਕੌਣ
ਕਰੀ ਆ ਫਲਾਣਾ ਬੰਦਾ ਉਹ ਫਲਾਣੇ ਬੰਦੇ ਦਾ ਬੜਾ ਖਾਸ ਹੈ ਆ ਬੰਦਾ ਸਾਡਾ ਬੜਾ ਖਾਸ ਹੈ ਸ਼ਬਦ ਵਰਤਿਆ ਜਾਂਦਾ ਹੈ ਇਹ ਖਾਲਸਾ ਵੀ ਬੜਾ ਖਾਸ ਬਣਾਇਆ ਹੈ ਪਰ ਬਹੁਤ ਵੱਡੀ ਸੱਚਾਈ ਇਹ ਹੈ ਅਸਲ ਵਿੱਚ ਖਾਲਸਾ ਖਾਸ ਕਦੋਂ ਹੈ ਖਾਲਸਾ ਖਾਸ ਕਹਾਵੈ ਸੋਈ ਜਾਂ ਕਹਿ ਹਿਰਦੈ ਭਰਮ ਨਾ ਹੋਈ ਕਰੋ ਕਿਰਪਾ ਜਾਂ ਕਹਿ ਹਿਰਦੈ ਭਰਮ ਨਾ ਹੋਈ ਜਿਨ੍ਹਾਂ ਦੇ ਹਿਰਦੇ ਵਿੱਚ ਭਰਮ ਨਾ ਹੋਵੇ ਤੇ ਮਾਫ ਕਰਿਆ ਦੇ ਲੋਕ ਬਾਹਰੋਂ ਆਪਣੇ ਆਪ ਨੂੰ ਖਾਲਸਾ ਦਿਖਾਉਂਦੇ ਵੀ ਨੇ ਆਪਣੇ ਆਪ ਨੂੰ ਬਾਹਰੋਂ ਖਾਲਸਾ ਕਹਾਉਂਦੇ ਵੀ ਨੇ ਕਿਵੇਂ ਕਰਿਆ ਦੇ ਆਪਣੇ ਆਪ ਨੂੰ ਬਾਹਰੋਂ ਖਾਲਸਾ ਆਪਣੇ ਨਾਂ ਦੇ ਪਿੱਛੇ ਲਿਖਾਉਂਦੇ ਵੀ ਨੇ ਖਾਲਸਾ ਕਹਾਉਣਾ ਖਾਲਸਾ ਲਿਖਾਉਣਾ ਖਾਲਸਾ ਆਪਣੇ ਆਪ ਨੂੰ ਦਿਖਾਉਣਾ ਕੁਝ ਹੋਰ ਗੱਲ ਹੈ ਤੇ ਕਿਵੇਂ ਕਰਿਆ ਦੇ ਅੰਦਰੋਂ ਖਾਲਸੇ ਹੋ ਜਾਣਾ ਕੁਝ ਹੋਰ ਗੱਲ ਬਹੁਤ ਵੱਡੀ ਸੱਚਾਈ ਹੈ ਮੈਂ ਟੁੱਕ ਮਾਤਰ ਤੁਹਾਡੇ ਨਾਲ ਇੱਕ ਇਸ਼ਾਰਾ ਦੇਣ ਲੱਗਾ ਇੱਕ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਗੁਰਮੁਖੋ ਇੱਕ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਆਪਣੀ ਬੱਚੀ ਦਾ ਅਨੰਦ ਕਾਰਜ ਕੀਤਾ ਮੈਂ ਸ਼ਬਦ ਵਰਤ ਰਿਹਾ ਅਨੰਦ ਕਾਰਜ ਕਿਵੇਂ ਕਰਿਓ ਅੱਜ ਦੇ ਲੋਕਾਂ ਨੇ ਸਿੱਖਾਂ ਨੇ ਅਨੰਦ ਕਾਰਜ ਨੂੰ ਅਨੰਦ ਕਾਰਜ ਰਹਿਣ ਹੀ ਨਹੀਂ ਦਿੱਤਾ ਆਖੋ ਸਤਨਾਮ ਸ਼੍ਰੀ ਬਹੁਤ ਵੱਡੀ ਸੱਚਾਈ ਹੈ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਕੀ ਕੁਝ ਹੁੰਦਾ ਵਿਆਹਾਂ ਦੇ ਉੱਤੇ ਕਹਿਣ ਰਿਹਾ ਜੇ ਆਨੰਦ ਕਾਰਜਾਂ ਨੂੰ ਆਨੰਦ ਕਾਰਜ ਰਹਿਣ ਨਹੀਂ ਦਿੱਤਾ ਤੇ ਕਈ ਵਾਰੀ ਇਹ ਸ਼ਬਦ ਵਿਚਾਰੀ ਗਿਆ ਗੁਰਮੁਖੋ ਜੀਵਨ ਤੇ ਆਨੰਦ ਵਾਲਾ ਜਿਉਣਾ ਸੀ ਪਰ ਆਨੰਦ ਵਾਲਾ ਜੀਵਨ ਜਿਉਣ ਦੀ ਬਜਾਏ ਮੈਨੂੰ ਖਿਮਾ ਕਰਿਆ ਜੇ ਆਨੰਦ ਕਾਰਜਾਂ ਨੂੰ ਆਨੰਦ ਕਾਰਜ ਨਾ ਰਹਿਣ ਦਿੱਤਾ ਬਣਾ ਕੇ ਰੱਖ ਦਿੱਤਾ ਆਨੰਦ ਕਾਰਜਾਂ ਨੂੰ ਗੰਦ ਕਾਰਜ ਉੱਤ ਜੇ ਆਨੰਦ ਕਾਰਜਾਂ ਨੂੰ ਗੰਦ ਕਾਰਜ ਬਣਾ ਦਿੱਤਾ ਤੇ ਫਿਰ ਘਰ ਪਰਿਵਾਰ ਵਿੱਚ ਆਨੰਦ ਕਿੱਥੋਂ ਆਇਆ ਘਰ ਪਰਿਵਾਰ ਵਿੱਚ ਸ੍ਰਿਸ਼ਟੀ ਵਿੱਚ ਹੁਣ ਟੂਕ ਮਾਤਰ ਇਸ਼ਾਰਾ ਦੇਣਾ ਕਰ ਦੋ ਗੱਲਾਂ ਧਿਆਨ ਰੱਖ ਕੇ ਚੱਲਿਓ ਗੁਰਮੁਖੋ ਇੱਕ ਸੱਚਮੁੱਚ ਦਾ ਖਾਲਸਾ ਹੈ ਇੱਕ ਆਪਣੇ ਆਪ ਨੂੰ ਖਾਲਸਾ ਦਿਖਾਉਂਦਾ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰ ਲੱਗਾ ਕਿ ਇੱਧਰ ਰਾਏਪੁਰ ਤੋਂ ਅੱਗੇ ਇੱਕ ਨਗਰ ਪੈਂਦਾ ਜਲਾਲ ਦੀ ਵਾਲ ਉਸ ਨਗਰ ਦਾ ਰਹਿਣ ਵਾਲਾ ਇੱਕ ਸਰਦਾਰ ਨਛੱਤਰ ਸਿੰਘ 150 ਕਿੱਲੇ ਜ਼ਮੀਨ ਦਾ ਮਾਲਕ ਤੇ ਸਾਰੇ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਦੇਖੋ ਮਾਲਕ ਦੀ ਬਖਸ਼ਿਸ਼ ਸਾਰੇ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਆਪਣੀ ਬੱਚੀ ਦਾ ਆਨੰਦ ਕਾਰਜ ਕੀਤਾ ਆਪਣੇ ਘਰ ਵਿੱਚ ਧਿਆਨ ਦੇ ਰਾਜ ਆਪਣੀ ਬੱਚੀ ਦਾ ਆਨੰਦ ਕਾਰਜ ਕੀਤਾ ਉਹਨੇ ਆਪਣੇ ਘਰ ਵਿੱਚ ਆਪਣੀ ਬੱਚੀ ਦਾ ਆਨੰਦ ਕਾਰਜ ਕਰਕੇ 11:30 ਵਜੇ ਆਨੰਦ ਕਾਰਜ ਸੰਪੂਰਨ ਹੋਇਆ ਨਾਵਾਂ ਹੋ ਗਈਆਂ 11:30 ਤੋਂ ਲੈ ਕੇ 2:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਤੇ ਕਥਾ ਦੇ ਦੌਰਾਨ ਚੱਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਗਤਕੇ ਦਾ ਅਖਾੜਾ ਲੱਗਾ ਤੇ 5 ਵਜੇ ਉਹਨੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਅੱਧੇ ਵਧਾ ਕੇ ਵਿਦਾ ਕਰ ਦਿੱਤਾ ਕਹਿੰਦਾ ਆਪਣੇ ਘਰ ਜਾਓ ਤੇ ਗੁਰੂ ਕੀ ਬਾਣੀ ਨਾਲ ਜੁੜ ਕੇ ਆਨੰਦ ਲਓ ਇਹਨੂੰ ਕਹਾਂਗੇ ਆਨੰਦ ਕਾਰਜ ਤੇ ਦੂਸਰੇ ਪਾਸੇ ਦੂਸਰੇ ਪਾਸੇ ਕਿਵੇਂ ਕਰਿਆ ਤੇ ਬਹੁਤ ਵੱਡੀ ਸੱਚਾਈ ਤੁਹਾਡੇ ਅੱਗੇ ਰੱਖਣ ਲੱਗਾ ਇੱਕ ਸੱਜਣ ਅੰਮ੍ਰਿਤਧਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਬੰਦਾ ਮੁੱਖ ਹੈ ਧਿਆਨ ਦਿਆ ਜੇ ਬੰਦਾ ਸੱਜਣ ਅੰਮ੍ਰਿਤਧਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੁੱਖ ਹੈ ਆਪਣੀ ਬੱਚੀ ਦਾ ਵਿਆਹ ਉਹਨੇ ਵੀ ਕੀਤਾ ਤੇ ਬੜਾ ਚੌੜਾ ਹੋ ਕੇ ਦੱਸਣ ਲੱਗਾ ਕਹਿੰਦਾ ਮੈਂ ਆਪਣੀ ਬੱਚੀ ਦੇ ਵਿਆਹ ਦੇ ਉੱਤੇ 7 ਤਰ੍ਹਾਂ ਦਾ ਮੀਟ ਪਾਇਆ ਸੀ ਧਿਆਨ ਦਿਆ ਜੇ ਹੈ ਅੰਮ੍ਰਿਤਧਾਰੀ ਕਹਿੰਦਾ ਆਪਣੀ ਬੱਚੀ ਦੇ ਵਿਆਹ ਉੱਤੇ ਮੈਂ 7 ਤਰ੍ਹਾਂ ਦਾ ਮੀਟ ਪਾਇਆ ਬੱਚੀ ਦੇ ਜੀਵਨ ਵਿੱਚ ਕੰਡੇ ਬੀਜੇ ਨੇ ਕਹਿਣ ਲੱਗਾ ਕਿਉਂ ਮੈਂ ਕਿਹਾ ਤੇਰੇ 7 ਤਰ੍ਹਾਂ ਦੇ ਮੀਟ ਨੇ ਬੱਚੀ ਦੇ ਜ਼ਿੰਦਗੀ ਵਿੱਚ ਪਤਾ ਨਹੀਂ 70 ਦੁੱਖ ਪੈਦਾ ਕਰਨੇ ਨੇ ਕਿ 700 ਦੁੱਖ ਪੈਦਾ ਕਰਨੇ ਬਹੁਤ ਵੱਡੀ ਸੱਚਾਈ ਹੈ ਵੇਖਣ ਨੂੰ ਵੀ ਖਾਲਸਾ ਲੱਗਦਾ ਕਹਾਉਂਦਾ ਆਪਣੇ ਆਪ ਨੂੰ ਵੀ ਖਾਲਸਾ ਹੈ ਆਖੋ ਸਤਨਾਮ ਸ਼੍ਰੀ ਮਾਪਰਿਆਂ ਦੇ ਬਹੁਤ ਵੱਡੀ ਸੱਚਾਈ ਵਰਤ ਕੇ ਮੈਂ ਆਪ ਨੂੰ ਵਿਚਾਰ ਤੇ ਆ ਜਾਉ ਜਿਹੜੀ ਬੇਨਤੀ ਤੇ ਜਿਹੜੀ ਅਰਜ਼ ਕਰ ਲੱਗਾ ਜਿਨ੍ਹਾਂ ਨੇ ਸੱਚਮੁੱਚ ਅੰਮ੍ਰਿਤ ਪਾਨ ਕੀਤਾ ਹਰ ਅੰਮ੍ਰਿਤ ਪਾਨ ਕਰੋ ਮਿਤ ਸਾਧ ਸੰਗ ਇੱਕ ਵਾਰੀ ਕਿਰਪਾ ਕਰਕੇ ਸਾਰੇ ਕੁਛ ਸਮਾਪਤੀ ਕਰੀਏ ਹਰ ਅੰਮ੍ਰਿਤ ਪਾਨ ਕਰੋ ਮੇਰਾ ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰ ਲਿਆ ਪਹਿਲਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਵਿਚਾਰੀਆਂ ਜਾ ਚੁੱਕੀਆਂ ਨੇ ਸ੍ਰੀ ਗੁਰੂ ਗ੍ਰੰਥ
صاحب جی دے اوپر اٹل بھروسہ کہ آپ کلگی در ستگرو جی دے سوئیے دیا دو پنکتیاں وچار لو روزانہ پڑھتے ہیں سوئیا سوئیا پائیں گہے کرو کرپا پائیں پائیں کہیں دے پیر گہے دا ارتھ پھڑ لے پکڑ لے پائیں گہے جب تے تمرے تن گرو گوبند سنگھ صاحب سچیا پاتشاہ جدوں دے تہاڈے جنم پڑ لے جدوں دا تہاڈے دادا Thank you.
کہندا مسلمان بن جا دھیان دے آدے اوتے وشواس رکھیا مسلمان بن جا اپنے مسلمان بن جا اپنے دھرم نوں چھڈ سکھی نوں چھڈ گرو نوں چھڈ گرو گوبند سنگھ صاحب نوں چھڈ کہندا اے نہیں ہو سکدا بخشیا کہندا پہلا وی تے توں تین گرو دھارن کیتے سن پہلا ਪਿਆਰ ਵਿੱਚ ਭਿੱਜ ਕੇ ਗੱਲ ਕਿਆ ਤੋਂ ਵਾਹਿਗੁਰੂ ਜੀ ਕਾ ਖਾਲਸਾ।